ਮੋਗਾ ਦੇ ਪਿੰਡ ਕਲਕਲਾਂ ਵਿੱਚ ਡਾਕਟਰ ਬੀ ਆਰ ਅੰਬੇਡਕਰ, ਗੌਤਮ ਬੁੱਧ ਅਤੇ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਜੀ ਦਾ ਬੁੱਤ ਸਥਾਪਿਤ ਕੀਤਾ ਗਿਆ, ਜਿਸ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਬੀਜੇਪੀ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਵਿਜੇ ਸਾਂਪਲਾ ਨੇ ਲੋਕਾਂ ਨੂੰ ਇਹਨਾਂ ਮਹਾਨ ਸ਼ਖਸੀਅਤਾਂ ਦੀ ਸ਼ਖਸੀਅਤ ਤੋਂ ਜਾਣੂ ਕਰਵਾਇਆ ਅਤੇ ਲੋਕਾਂ ਨੂੰ ਇਹਨਾਂ ਦੇ ਦੱਸੇ ਰਾਹਾਂ ਤੇ ਚੱਲਣ ਦੀ ਪ੍ਰੇਰਣਾ ਵੀ ਦਿੱਤੀ। ਉਹਨਾਂ ਅਨੁਸਾਰ ਇੱਥੇ ਇਹਨਾਂ ਮਹਾਨ ਸ਼ਖਸੀਅਤਾਂ ਦੇ ਬੁੱਤ ਸਥਾਪਿਤ ਕਰਨ ਦਾ ਮੁੱਖ ਮਕਸਦ ਹੀ ਆਹੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਤੋਂ ਪ੍ਰੇਰਣਾ ਲੈ ਸਕੇ। ਗੱਲ ਇਹ ਆ ਜੀ, ਜਿੰਨੀ ਜਗ੍ਹਾ ਇਹਨਾਂ ਨੇ ਰੋਕੀ ਸੀ, ਹਾਂਜੀ, ਜਿੰਨੀ ਜਗ੍ਹਾ ਦੇ ਪੈਸੇ ਸਾਨੂੰ ਦਿੱਤੇ ਸੀਗੇ, ਅਸੀਂ ਕਹਿੰਦੇ ਹਾਂ ਓਨੀ ਜਗ੍ਹਾ 'ਚ ਖੰਭੇ ਲਾ ਲੈਣ, ਆਪਦਾ ਕੰਮ ਜੋ ਆ ਕਰ ਲੈਣ।